ਇਸ ਦੀ ਮੰਗ ਕਰਦਾ ਕਿ ਜੋ ਮੇਰਾ ਅਸਤੀਫਾ ਉਹ ਮਨਜ਼ੂਰ ਕੀਤਾ ਜਾਵੇ ਅਤੇ ਮੈਂ ਇਸ ਆਪਣੇ MLA ਦੀ ਪਦਵੀ ਤੋਂ ਅਸਤੀਫਾ ਦਿੰਦਾ। ਇਹ ਮੈਂ ਉਹਨਾਂ ਨੂੰ ਕਹਿ ਕੇ ਚਿੱਠੀ ਦੇ ਕੇ ਆਇਆ ਅਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਇਹਨੂੰ ਜਲਦੀ ਮਨਜ਼ੂਰ ਕਰਕੇ ਜਿਹੜਾ ਆਉਣ ਵਾਲਾ ਸੈਸ਼ਨ ਹੈ 13 ਦਸੰਬਰ ਤੋਂ ਜਿਹੜਾ ਸ਼ੁਰੂ ਹੋਣਾ ਉਹਦੇ 'ਚ ਵਿਧਾਨ ਸਭਾ ਨੂੰ ਦੱਸ ਦਿੱਤਾ ਜਾਵੇ ਕਿ ਮੈਂ ਅਸਤੀਫਾ ਦੇ ਦਿੱਤਾ। ਜਿਸ ਕਾਰਨ ਕਰਕੇ ਮੈਂ ਅਸਤੀਫਾ ਦਿੱਤਾ ਸੀ ਕਿ ਵਿਧਾਨ ਸਭਾ ਦੇ ਵਿੱਚ ਜੋ 5 ਮੰਤਰੀ ਬੋਲੇ, ਜੋ ਉਹਨਾਂ ਨੇ ਕਿਹਾ ਕਿ ਬਾਦਲ ਅਤੇ ਸੈਣੀ ਅਤੇ ਰਾਮ ਰਹੀਮ ਦੇ ਖਿਲਾਫ਼ ਕੇਸ ਚੱਲਣਗੇ, ਉਦੋਂ ਮਗਰੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੋਈ ਉਹਦੇ ਬਾਰੇ ਫੈਸਲਾ ਨਹੀਂ ਲਿਆ ਔਰ ਨਾ ਹੀ ਉਸ ਤੋਂ ਬਾਅਦ ਅੱਜ ਤੱਕ ਲਿਆ। ਜੋ ਪੁਜੀਸ਼ਨ ਇਹ ਸੀ ਰਣਜੀਤ ਸਿੰਘ ਦੀ ਰਿਪੋਰਟ ਵਾਲੀ, ਉਹ ਪੁਜੀਸ਼ਨ ਉੱਥੇ ਹੀ ਖੜ੍ਹੀ ਹੈ, ਉਹ ਉਵੇਂ ਹੀ ਹਾਲਤ ਹੈ। ਤੋ ਇਸ ਕਰਕੇ ਮੈਂ ਜਿਹੜਾ ਆਪਣਾ ਡਿਕਲੇਅਰ ਕੀਤਾ ਸੀ, ਮੈਂ 1 ਸਤੰਬਰ ਨੂੰ ਇਹ ਡਿਕਲੇਅਰ ਕੀਤਾ ਸੀ, ਉਦੋਂ ਅਲਟੀਮੇਟਮ ਦਿੱਤਾ ਸੀ ਕਿ ਜੇ 15 ਦਿਨ ਦੇ ਵਿੱਚ ਇਹ ਮਨਜ਼ੂਰ, ਜੇ ਇਹ ਸੈਣੀ ਅਤੇ ਬਾਦਲ ਦੇ ਖਿਲਾਫ਼ ਕੇਸ ਨਹੀਂ ਚਲਾਉਂਦੇ, ਮੇਰੀ ਮੰਗ ਸੀ ਕਿ ਕੇਸ ਚਲਾਓ ਤਾਂ ਮੈਂ 5 ਮੰਤਰੀ ਅਸਤੀਫਾ ਦੇਣ ਅਤੇ ਮੈਂ ਵੀ ਆਪਣਾ ਅਸਤੀਫਾ ਦੇਵਾਂਗਾ। ਅਤੇ ਮੈਂ ਉਹ ਅਸਤੀਫਾ 12 ਅਕਤੂਬਰ ਨੂੰ ਭੇਜਿਆ ਕਿਉਂਕਿ ਵਿੱਚ ਦੀ ਕੋਰਟ ਦੀ ਸਟੇਅ ਆ ਗਈ ਸੀ। ਉਸ ਤੋਂ ਮਗਰੋਂ 11 ਅਕਤੂਬਰ ਨੂੰ ਕੋਰਟ ਨੇ ਕਲੀਅਰ ਕਰ ਦਿੱਤਾ ਸੀ ਕਿ ਸੈਣੀ ਦੇ ਖਿਲਾਫ਼ ਕੋਈ ਸਟੇਅ ਨਹੀਂ ਅਤੇ